सरपंची चोणां दा अखाड़ा भख चुक्या। सारे उम्मीदवार अपनी किस्मत अजमाउण लई मैदान विच आ गए। उत्थे ही पिंड उपली तों पढ़े लिखे सूझवान उम्मीदवार श्रीमती दलजीत कौर मैदान विच आए, जिन्हां दी सोच है कि मैं अपने पिंड नूं नवीं सेध दे के उसदी नुहार बदलनी है, विकास ते सुधार पहल दे आधार ते करना है। पिंड दे लोकां नाल गलबात कीती तां उन्हां दा कहना है कि इस वार असीं श्रीमती दलजीत कौर नूं सरपंच चुणांगे, सानूं पूरा भरोसा है कि इह साडे पिंड दा विकास पहल दे आधार ते करनगे। दलजीत कौर जी, तुसीं सरपंच इलैक्शन विच खड़े हो, की कहना चाहोगे? मैं कहना चाहूंगी जी, जो साडे पिंड दे काम ने ओह असीं पहली आधार ते करवावांगे जी। हां जी, पानी दे निकास दी समस्या जो करवावांगे। ते पिंड वाले मान बख्शे, पिंड वालियां लई मन्नूं जो मान बख्शे गया है ਅਧੂਰੇ ਜੀ, ਸਾਰੇ ਨੇ ਕੋਈ ਕਰਦੇ ਨੀ ਕੰਮ ਜੀ, ਕੋਈ ਨੀ ਗਰੀਬਾਂ ਦਾ ਕੰਮ ਕਰਦਾ ਜੀ। ਹਾਂਜੀ, ਤੁਸੀਂ ਬਾਂਹ ਫੜੋਗੇ? ਹਾਂਜੀ, ਅਸੀਂ ਬਾਂਹ ਫੜਾਂਗੇ। ਤੇ ਪਿੰਡ ਵਾਲਾ ਦਾ ਜਾਂ ਕਿੰਨੀ ਕੁ ਤੁਹਾਨੂੰ ਸਪੋਰਟ ਆ, ਤੁਸੀਂ ਘਰ ਘਰ ਇਲੈਕਸ਼ਨ ਵੋਟਾਂ ਵਾਸਤੇ ਕਹਿਣ ਜਾ ਰਹੇ ਹੋ, ਕੀ ਪਿੰਡ ਵਾਲਾ ਨੇ ਕੀ ਰਿਪੋਰਟ? ਹਾਂਜੀ, ਵਧੀਆ ਸਪੋਰਟ ਆ ਸਾਨੂੰ ਜੀ। ਹਾਂਜੀ, ਵਧੀਆ ਜਿੱਤ ਪੱਕੀ ਆ ਜੀ। ਹਾਂਜੀ, ਕੀ ਨਾਮ ਜੀ ਆਪਣਾ? ਮੇਰਾ ਨਾਮ ਗੁਰਤੇਜ ਸਿੰਘ ਹੈ ਜੀ। ਹਾਂ ਗੁਰਤੇਜ ਸਿੰਘ, ਮੈਡਮ ਦਲਜੀਤ ਸਿੰਘ, ਦਲਜੀਤ ਕੌਰ ਇਲੈਕਸ਼ਨ ਲੜੇ ਸਰਪੰਚੀ ਪਿੰਡ ਦੀ, ਤੁਸੀਂ ਇਸ ਪਿੰਡ ਦੇ ਤੁਸੀਂ ਇਸ ਪਿੰਡ ਦੇ ਵਸਨੀਕ ਹੋ, ਕੀ ਕਹਿਣਾ ਚਾਹੋਗੇ? ਅਸੀਂ ਜੀ ਇਹਨਾਂ ਨੂੰ ਸਾਰੇ ਨਗਰ ਨੇ ਸਪੋਰਟ ਨਾਲ ਖੜਾ ਕੀਤਾ ਹੈਗਾ, ਤੇ ਅਸੀਂ ਇਹਨੂੰ ਸਾਰੇ ਵੋਟਾਂ ਪਾਵਾਂਗੇ ਜੀ, ਤੇ ਇਹਨਾਂ ਤੋਂ ਵਿਕਾਸ ਦੇ ਕੰਮ ਕਰਵਾਵਾਂਗੇ ਜੀ। ਜੇ ਆਪਾਂ ਵਿਕਾਸ ਦੀ ਗੱਲ ਕਰੀਏ, ਕਿਹੜੇ ਕਿਹੜੇ ਵਿਕਾਸ ਦੇ ਮੁੱਦੇ ਨੇ ਕਿ ਤੁਸੀਂ ਇਹਨਾਂ ਤੋਂ ਉਮੀਦ ਰੱਖਦੇ ਹੋ? ਜਿਵੇਂ ਜੀ ਪਿੰਡ ਦਾ ਪਾਣੀ ਦੀ ਗੱਲ ਹੋ ਗਈ ਹੈ ਨਾ, ਤੇ ਜੋ ਛੱਪੜਾਂ ਦੇ ਵਿੱਚ ਖੜਦਾ ਉਹਨੂੰ ਬਾਹਰ ਲਿਜਾਣਾ, ਤੇ ਗਲੀਆਂ ਨਾਲੀਆਂ ਦਾ ਮੁੱਦਾ ਹੋ ਗਿਆ ਜੀ, ਤੇ ਜਿਵੇਂ ਪਾਰਕ ਬਣਾਉਣੇ, ਤੇ ਆਪਣੇ ਸਟੇਡੀਅਮ ਵਗੈਰਾ ਨੂੰ ਅਪਗ੍ਰੇਡ ਕਰਨਾ, ਡਿਸਪੈਂਸਰੀ ਨੂੰ ਅਪਗ੍ਰੇਡ ਕਰਨਾ, ਇਹੋ ਜਿਹੇ ਮੁੱਦੇ ਅਸੀਂ ਮੂਹਰੇ ਹੋ ਕੇ ਕਰਵਾਵਾਂਗੇ ਜੀ। ਜੇ ਆਪਾਂ ਸਟੇਡੀਅਮ ਦੀ ਗੱਲ ਕਰੀਏ, ਪਹਿਲਾਂ ਸਟੇਡੀਅਮ ਹੈ ਜੀ? ਹਾਂਜੀ, ਹੈਗਾ ਜੀ। ਨੌਜਵਾਨਾਂ ਪ੍ਰਤੀ ਇੱਕ ਸਟੇਡੀਅਮ ਹੋਊਗਾ ਜੀ, ਨੌਜਵਾਨ ਜਿਵੇਂ ਅੱਜ ਕੱਲ੍ਹ ਐਜੂਕੇਸ਼ਨ ਸਮਾਂ ਜੀ, ਫੈਸਲਾ ਸਮਾਂ ਜੀ, ਉਹਨਾਂ ਪ੍ਰਤੀ ਕੁਛ ਸੋਚਿਆ ਜੀ ਕੁਛ? ਹਾਂਜੀ ਬਿਲਕੁਲ, ਸੋਚਿਆ ਹੋਇਆ ਜੀ, ਬੱਚੇ ਨੂੰ ਵਧੀਆ ਸਹੂਲਤ ਪੜ੍ਹਨ ਵਾਸਤੇ, ਟੀਚਰ ਵਗੈਰਾ ਹੈ ਨਾ, ਸਕੂਲ ਦਾ ਵਧੀਆ ਵਿਕਾਸ ਕਰਾਵਾਂਗੇ ਅਸੀਂ ਜੀ, ਇਹ ਸਾਰਾ ਕੁਛ ਸੋਚਿਆ ਹੋਇਆ ਜੀ। ਜਿਹੜੇ ਪਹਿਲਾਂ ਪੰਚਾਇਤ ਰਹੀ ਨੇ ਉਹਨਾਂ ਵੱਲੋਂ ਕਿੰਨਾ ਵਿਕਾਸ ਕੀਤਾ ਗਿਆ? ਉਹਨਾਂ ਵੱਲੋਂ ਵੀ ਦੇਖੋ ਜੋ ਬਣਦਾ ਉਹਨਾਂ ਨੇ ਵੀ ਕਰਿਆ ਹੈਗਾ, ਆਪਾਂ ਇਹ ਨੀ ਕਹਿੰਦੇ ਵੀ ਨਹੀਂ ਕਰਿਆ, ਜਿੰਨਾ ਕੁ ਬਣਦਾ ਸੀ ਉਹਨਾਂ ਵੀ ਕਰਿਆ, ਤੇ ਜੋ ਬਾਕੀ ਦੇ ਰਹਿੰਦੀਆਂ ਨੇ ਉਹ ਅਸੀਂ ਕਸਰ ਕੱਢਾਂਗੇ। ਬਹੁਤ ਵਧੀਆ ਪਰਿਵਾਰ ਹੈ ਜੀ, ਵਧੀਆ ਰਵੱਈਆ। ਸਾਡਾ ਏਕਤਾ ਜਿੰਦਾਬਾਦ, ਸਾਡਾ ਏਕਤਾ ਜਿੰਦਾਬਾਦ, ਸਾਡਾ ਸਰਪੰਚ ਜਿੰਦਾਬਾਦ।